ਤੇ ਬੀਬਾ ਜੀ ਨੂੰ ਬੇਨਤੀ ਹੈ ਕਿ ਮਿਰਜ਼ੇ ਦੇ ਬੰਦ ਦੋ ਸੁਣਾਉਣਗੇ, ਉਸ ਤੋਂ ਬਾਅਦ ਮੈਂ ਇੱਕ ਇਹੋ ਜਿਹੇ ਆਰਟਿਸਟ ਨੂੰ ਪੇਸ਼ ਕਰਾਂਗਾ ਜੋ ਮੋਹਨ ਸਿੰਘ ਦੀਆਂ ਬਾਰੇ ਅਤੇ ਜਮਲਾ ਜੀ ਦੇ ਬਾਰੇ 3 ਮਿੰਟ ਦੀ ਗੱਲ ਕਰੇਗਾ। ਉਸ ਤੋਂ ਬਾਅਦ ਮਸਤਾਨਾ ਜੀ ਦੀ ਵਾਰੀ, ਫਿਰ ਸੁਰਿੰਦਰ ਕੌਰ ਜੀ ਦੀ ਵਾਰੀ, ਫਿਰ ਛਿੰਦਾ ਜੀ ਸਦੀਕ ਅਤੇ ਕਰਨੈਲ ਬਿਲਕੁਲ ਸਾਡੇ ਦਰਮਿਆਨ ਨੇ। ਲਓ ਸੁਣੋ ਮਿਰਜ਼ੇ ਦੀ ਮੱਕੀ ਬਾਰੇ ਕੋਈ ਗੱਲਾਂ ਕਰਦੇ ਨੇ ਬੀਬਾ ਜੀ, ਇਹ ਕਿਉਂ ਕਹਿੰਦੇ ਨੇ।